ਮਨਦੀਪ ਰਿੰਪੀ ਦੀ ਪੁਸਤਕ ਹਾਂ ਮੈਂ ਲਾਲਜੀ ਹਾਂ ਪਹਿਲੀ ਕਹਾਣੀ ਹੈ ਫਰਕ ਤਾਂ ਪੈਂਦਾ ਹੈ ਰਹੀਮ ਦੀ ਗੱਲ ਸੁਣ ਮੈਂ ਘਬਰਾ ਗਈ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਮੇਰੀ ਨਿਗਾਹ ਰਹੀਮ ਦੇ ਬੁੱਲਾਂ ਤੇ ਟਿਕੀ ਹੋਈ ਸੀ ਜੋ ਜੇ ਵੀ ਬੁੜਬੁੜਾ ਰਹੇ ਸਨ ਉਹਦੀਆਂ ਘੂਰਦੀਆਂ ਅੱਖਾਂ ਤੋਂ ਮੈਂ ਸਹਿਮ ਗਈ ਮੇਰੇ ਮਨ ਅੰਦਰ ਖਲਬਲੀ ਜੀ ਪੈਦਾ ਹੋ ਗਈ ਅਚਨ ਚੇਤ ਮੇਰੀਆਂ ਲੱਤਾਂ ਕੰਬਣ ਲੱਗੀਆਂ ਤੇ ਮੇਰੀ ਜ਼ੁਬਾਨ ਜਿਵੇਂ ਸੰਗ ਚ ਅੜ ਗਈ ਹੋਵੇ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਹਾਂ ਕੀ ਨਾ ਕਹਿ ਵੀ ਕੀ ਸਕਦੀ ਸੀ ਰਹੀਮ ਦੇ ਘਰ ਜੋ ਖੜੀ ਸਾਂ ਉਹਨੇ ਤਾਂ ਆਪਣਾ ਫੈਸਲਾ ਸੁਣਾ ਦਿੱਤਾ ਸੀ ਨਾ ਕੱਟ ਦਿਓ ਰਜ਼ੀਆ ਦਾ ਇਹ ਹੁਣ ਕਦੇ ਸਕੂਲ ਨਹੀਂ ਆਏਗੀ ਤੁਸੀਂ ਇੱਥੋਂ ਚਲੇ ਜਾਓ ਉਹਦੇ ਇਹ ਸ਼ਬਦ ਮੇਰੇ ਦਿਲ 'ਚ ਧੋਰੰਦਰ ਤੱਕ ਵਾਰ ਕਰ ਗਏ ਮੈਨੂੰ ਇੰਜ ਲੱਗਾ ਜਿਵੇਂ ਉਹਨੇ ਮੈਨੂੰ ਬਾਹੂ ਫੜ ਆਪਣੇ ਵਿਹੜੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੋਵੇ ਮੈਂ ਕਦੇ ਰਜ਼ੀਆ ਦੇ ਮਾਸੂਮ ਚਿਹਰੇ ਵੱਲ ਵੇਖਾਂ ਜਿਦੀਆਂ ਅੱਖਾਂ ਵਿੱਚ ਮੇਰੇ ਲਈ ਮੋਹ ਦੀਆਂ ਤਰੰਗਾਂ ਨਜ਼ਰ ਆ ਰਹੀਆਂ ਸਨ ਤੇ ਕਦੇ ਉਹਦੇ ਪਿਓ ਰਹੀਮ ਵੱਲ ਜਿਦੀਆਂ ਅੱਖਾਂ ਮੈਨੂੰ ਲਗਾਤਾਰ ਘੂਰ ਰਹੀਆਂ ਸਨ ਰਹੀਮ ਨੂੰ 10 ਸਾਲ ਹੋ ਗਏ ਹਨ ਇਸ ਪਿੰਡ ਚ ਆਏ ਨੂੰ ਉਹ ਸਬਜ਼ੀ ਵੇਚ ਕੇ ਆਪਣੇ ਟੱਬਰ ਦਾ ਢਿੱਡ ਪਰਦਾ ਸੀ ਤਿੰਨ ਬੱਚੇ ਦੋ ਪੁੱਤਰ ਤੇ ਇੱਕ ਧੀ ਰਜ਼ੀਆ ਰਜ਼ੀਆ ਸਭ ਤੋਂ ਛੋਟੀ ਤੇ ਲਾਡਲੀ ਛੋਟਾ ਜਿਹਾ ਘਰ ਦੋ ਕਮਰੇ ਤੇ ਅੱਗੇ ਕੱਚਾ ਜਿਹਾ ਵਿਹੜਾ ਕਰ ਵੀ ਕਿਰਾਏ ਤੇ ਮੈਂ ਕਿਹੜਾ ਅੱਜ ਪਹਿਲੀ ਵਾਰ ਆਈ ਹਾਂ ਰਹੀਮ ਦੇ ਘਰ ਅੱਗੇ ਵੀ ਤਾਂ ਕਈ ਵਾਰ ਆਈ ਸੀ ਅੱਗੇ ਜਦੋਂ ਮੈਂ ਰਹੀਮ ਦੇ ਘਰ ਆਉਂਦੀ ਉਹ ਭੱਜਿਆ ਫਿਰਦਾ ਕਦੇ ਕੁਰਸੀ ਖਿੱਚ ਲਿਆਉਂਦਾ ਕਦੇ ਕਾਲੀ ਨਾਲ ਬਾਣ ਦਾ ਮੰਝਾ ਡਾਉਂਦਾ ਬੜੇ ਆਦਰ ਤੇ ਮਾਨ ਨਾਲ ਬੈਠੋ ਬੈਠੋ ਜੀ ਨਾਲ ਹੀ ਆਪਣੀ ਘਰ ਵਾਲੇ ਨੂੰ ਹੁਕਮ ਸੁਣਾਉਂਦਾ ਰਵੀਨਾ ਮੈਡਮ ਜੀ ਆਏ ਚਾ ਲਿਆ ਉਹਦੀਆਂ ਗੱਲਾਂ ਚੋਂ ਮਾਸੂਮੀਅਤ ਝਲਕਦੀ ਮੈਂ ਸੋਚਦੀ ਕਿੰਨਾ ਸਾਫ਼ ਦਿਲ ਹੈ ਜੀ ਕਦੇ ਉਹਦੇ ਬੱਚੇ ਸਕੂਲ ਨਾ ਆਉਂਦੇ ਤਾਂ ਪੇ ਝਿੜਕਾ ਮਾਰ ਮਾਰ ਛੱਡ ਜਾਂਦਾ ਅੱਗੇ ਤਾਂ ਰਹੀਮ ਨੇ ਕਦੇ ਵੀ ਮੱਥੇ ਵੱਟ ਨਹੀਂ ਸੀ ਪਾਇਆ ਮੈਨੂੰ ਵੇਖ ਕੇ ਭਾਵੇਂ ਗਰੀਬ ਸੀ ਪਰ ਖੁਦਦਾਰ ਸੀ ਜਦੋਂ ਪਿੰਡ 'ਚ ਰਹਿਣ ਆਇਆ ਤਾਂ ਥੋੜੀ ਜੀ ਜ਼ਮੀਨ ਠੇਕੇ ਤੇ ਲੈ ਸਬਜ਼ੀਆਂ ਬੀਜ ਕੇ ਗੁਜ਼ਾਰਾ ਕਰਨ ਲੱਗਾ ਖੁਸ਼ ਸੀ ਕਿ ਚਲੋ ਰਜ਼ਕ ਰੋਟੀ ਚੱਲੀ ਜਾ ਰਹੀ ਹੈ ਪਰ ਪਿਛਲੇ ਸਾਲ ਜਿਹੜਾ ਹੜ ਆਇਆ ਉਸ ਹੜ ਦੇ ਪਾਣੀ 'ਚ ਉਹਦੀ ਮਿਹਨਤ ਦੇ ਨਾਲ-ਨਾਲ ਉਹਦੀਆਂ ਸਾਰੀਆਂ ਖੁਸ਼ੀਆਂ ਰੀਜਾਂ ਤੇ ਸੁਪਨੇ ਵੀ ਹੜ ਗਏ। ਉਹਦੀ ਜ਼ਿੰਦਗੀ ਦੀਆਂ ਲੀਹਾਂ ਨੇ ਅਜੇ ਝਟਕੇ ਖਾਦੇ ਜਿਸ ਨਾਲ ਉਹਦਾ ਸਾਰਾ ਟੱਬਰ ਖੇਰੂ ਖੇਰੂ ਹੋਣ ਕਿਨਾਰੇ ਆ ਗਿਆ। ਸਬਜ਼ੀਆਂ ਤਾਂ ਤਬਾਹ ਹੋ ਗਈਆਂ ਪਰ ਜ਼ਮੀਨ ਦੇ ਮਾਲਕ ਨੇ ਠੇਕੇ ਦੀ ਰਕਮ ਵਸੂਲਣ ਲਈ ਰਹੀਮ ਦੇ ਗਲ ਅੰਗੂਠਾ ਦੇ ਦਿੱਤਾ। ਕਦੇ ਪੁਲਿਸ ਦੀ ਧਮਕੀ, ਕਦੇ ਪਿੰਡੋਂ ਧੱਕੇ ਮਾਰ ਬਾਹਰ ਕੱਢਣ ਦੇ ਡਰਾਵੇ। ਰਹੀਮ ਨੇ ਜੋ ਥੋੜੇ ਬਹੁਤੇ ਪੈਸੇ ਚੰਗੀ ਮਾੜੇ ਸਮੇ ਲਈ ਬਚਾ ਕੇ ਰੱਖੇ ਸਨ ਉਹ ਪੈਸੇ ਦੇ ਕੇ ਖੇੜਾ ਛੁਡਾਣਾ ਚਾਹਿਆ ਪਰ ਕਿਥੇ ਗੱਲ ਨਾ ਬਣੀ ਅਖੀਰ ਰਹੀਮ ਬੜੇ ਚਾਵਾਂ ਲਾਡਾਂ ਨਾਲ ਪਾਲੀ ਆਪਣੀ ਪੂਰੀ ਗਾਂ ਦੇ ਕੇ ਕਰਜ਼ੇ ਤੋਂ ਸੁਰਖਰੂ ਹੋਇਆ ਪਰ ਘਰ ਚ ਕਲੇਸ਼ ਪੈ ਗਿਆ ਕਿੰਨੇ ਦਿਨ ਬੱਚਿਆਂ ਨੇ ਤੇ ਘਰ ਵਾਲੀ ਨੇ ਚੱਜ ਨਾਲ ਰੋਟੀ ਦੀ ਬੁਰਕੀ ਨਾ ਖਾ ਕੇ ਵੇਖੀ ਗਊ ਬਹੁਤ ਲਾਡਾਂ ਨਾਲ ਜੋ ਪਾਲੀ ਹੋਈ ਸੀ ਰਜ਼ੀਆਂ ਨਹੀਂ ਉਹਦਾ ਨਾਂ ਪੂਰੀ ਰੱਖਿਆ ਸੀ ਰਹੀਮ ਨੇ ਜਦੋਂ 2-3 ਦਿਨ ਘਰ ਚ ਪਸਰੀ ਚੁੱਪ ਵੇਖੀ ਤਾਂ ਵੀ ਅੱਧੀ ਰਾਤ ਨੂੰ ਸ਼ਰਾਬ ਪੀ ਰੋਣ ਲੱਗਾ ਤੇ ਆਖਣ ਲੱਗਾ ਜਦੋਂ ਤੁਸੀਂ ਰੋਟੀ ਨਹੀਂ ਖਾਂਦੇ ਤਾਂ ਮੇਰੇ ਸੰਗੋਂ ਕਿਹੜੀ ਬੁਰਕੀ ਲੰਗਣੀ ਹੈ ਮੈਨੂੰ ਦੱਸੋ ਮੈਂ ਕੀ ਕਰਦਾ ਅਗਲੇ ਮੈਨੂੰ ਥਾਣੇ ਦੀ ਧਮਕੀ ਦਿੰਦੇ ਸਨ ਸਾਡਾ ਇੱਥੇ ਕੌਣ ਕਿਹਨੇ ਛਡਾਉਣਾ ਸੀ ਜੇਲ੍ਹ ਚ ਕਿਹਨੇ ਸੁਣਨੀ ਸੀ ਮੇਰੀ ਤੁਹਾਨੂੰ ਮੇਰੇ ਨਾਲੋਂ ਵੱਧ ਪਿਆਰੀ ਗਊ ਹੋ ਗਈ ਰਹੀਮ ਦੀਆਂ ਗੱਲਾਂ ਸੁਣੋਂ ਦੇ ਬੱਚੇ ਤੇ ਘਰ ਵਾਲੀ ਉਹਨੂੰ ਜੱਫੀ ਪਾ ਰੋਣ ਲੱਗੇ ਉਸ ਦਿਨ ਤੋਂ ਬਾਅਦ ਕਦੇ ਕਿਸੇ ਨੇ ਗਊ ਦਾ ਜ਼ਿਕਰ ਨਾ ਕੀਤਾ ਪਰ ਜਦੋਂ ਖਾਲੀ ਖੁਰਲੀ ਵੇਖਦੇ ਤਾਂ ਉਹਨਾਂ ਦੇ ਕਾਲਜੇ ਦਾ ਰੁਗਪਾ ਰੋਂਦਾ ਉਹ ਅੰਦਰੋਂ ਅੰਦਰੀ ਹੰਝੂਆਂ ਨੂੰ ਜਜ਼ਬ ਕਰ ਲੈਂਦੇ ਕਿੰਨੇ ਦਲੇਰ ਤੇ ਕਿੰਨੇ ਹੌਸਲੇ ਵਾਲੇ ਸੰਸਾਰੇ ਪਰ ਰੱਬ ਨੇ ਅਜੇ ਹੋਰ ਪਤਾ ਨਹੀਂ ਕੀ ਕੀ ਦਿਖਾਉਣ ਬਾਰੇ ਸੋਚਿਆ ਹੋਇਆ ਸੀ ਠੇਕੇ ਵਾਲੀ ਸਾਰੀ ਜ਼ਮੀਨ ਮਾਲਕ ਨੇ ਕਿਸੇ ਹੋਰ ਨੂੰ ਦੇ ਦਿੱਤੀ ਹੁਣ ਰਹੀਮ ਬਿਲਕੁਲ ਵਿਹਲਾ ਹੋ ਗਿਆ ਮਾਲਕ ਨੂੰ ਮਿੰਨਤਾਂ ਤਰਲੇ ਕਰਦਾ ਰਿਹਾ ਕਿ ਉਹ ਠੇਕੇ ਦੀ ਰਕਮ ਉਹਨੂੰ ਹੁਣ ਤੱਕ ਠੀਕ ਸਮੇਂ ਤੇ ਦੰਦਾ ਆਇਆ ਆ ਤਾਂ ਕੁਦਰਤੀ ਆਫਤ ਸੀ ਜਿਨੇ ਹਲੂਨ ਕੇ ਰੱਖ ਦਿੱਤਾ ਅੱਗੇ ਤੋਂ ਕਦੀ ਦੇਰੀ ਨਹੀਂ ਹੋਏਗੀ ਪਰ ਉਸ ਵਿਚਾਰੇ ਦੀ ਮਾਲਕ ਨੇ ਇੱਕ ਨਾ ਮੰਨੀ ਹੁੰਜ ਵੀ ਗਰੀਬ ਬੰਦੇ ਦੀ ਭਲਕ ਕੌਣ ਸੁਣਦਾ ਹੈ ਗਰੀਬ ਨੂੰ ਹੀ ਸਭ ਦੀਆਂ ਸੁਣਨੀਆਂ ਪੈਂਦੀਆਂ ਸ਼ਾਇਦ ਰੱਬ ਨੇ ਤਾਂ ਕੰਨ ਵੀ ਗਰੀਬ ਬੰਦੇ ਨੂੰ ਅਮੀਰਾਂ ਦੀਆਂ ਸੁਣਨ ਲਈ ਦਿੱਤੇ ਨੇ ਠੇਕੇ ਵਾਲੀ ਜ਼ਮੀਨ ਜਾਣ ਤੋਂ ਬਾਅਦ ਰਹਿਮ ਨੂੰ ਇੰਜ ਲੱਗਾ ਜਿਵੇਂ ਉਹਦੇ ਰਿਜ਼ਕ ਦਾ ਆਖਰੀ ਸਹਾਰਾ ਉਹ ਤੋਂ ਕਿਸੇ ਨਿਚਪੇੜ ਮਾਰ ਕੇ ਖੋ ਲਿਆ ਹੋਵੇ ਰਹੀਮ ਦੀ ਘਰ ਵਾਲੀ ਰਵੈਨਾ ਦੀ ਸਿਹਤ ਕਿਹੜਾ ਠੀਕ ਰਹਿੰਦੀ ਸੀ ਉਹ ਤਾਂ ਜਿਵੇਂ ਦਵਾਈਆਂ ਦੇ ਸਿਰ ਤੇ ਹੀ ਚੱਲਦੀ ਫਿਰਦੀ ਸੀ ਘਰ ਦਾ ਸਾਰਾ ਕੰਮ ਰਜ਼ੀਆ ਨੇ ਸੰਭਿਆ ਹੋਇਆ ਸੀ ਰਜ਼ੀਆ ਨੂੰ ਵੇਖੇ ਇੰਜ ਲੱਗਦਾ ਸੀ ਜਿਵੇਂ ਆਪਣੀ ਉਮਰ ਤੋਂ ਪਹਿਲਾਂ ਹੀ ਬਹੁਤ ਵੱਡੀ ਹੋ ਗਈ ਹੋਵੇ ਉਹਦਾ ਬਚਪਨ ਉਹਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੇਠ ਦਰੜਿਆ ਗਿਆ ਜਿਹੜੀ ਉਮਰ 'ਚ ਬੱਚੇ ਗੁੱਡੀਆਂ ਪਟੋਲਿਆਂ ਨਾਲ ਖੇਡਦੇ ਉਹ ਸੁਮਰੇ ਰਜ਼ੀਆ ਚੁੱਲ੍ਹੇ ਤੇ ਬੈਠੀ ਰੋਟੀਆਂ ਪਕਾਉਂਦੀ ਹੋਈ ਇੰਜ ਜਾਪਦੀ ਜਿਵੇਂ ਕੋਈ ਹੱਡਮਾਸ ਦੀ ਗੁੱਡੀ ਘਰ ਘਰ ਖੇਡਦੀ ਰੋਟੀਆਂ ਪਕਾਉਂਦੀ ਹੋਵੇ ਰਜ਼ੀਆ ਹੈ ਵੀ ਬਹੁਤ ਸੋਹਣੀ ਉਹਦੀਆਂ ਗੱਲਾਂ ਵੀ ਸਿਆਣੀਆਂ ਵਾਲੀਆਂ ਸਵੇਰੇ ਸੱਜਰੇ ਉੱਠ ਆਟਾ ਗੁੰਨ ਸਬਜ਼ੀ ਭਾਜੀ ਰੰਨਦੀ ਤੇ ਫੇਰ ਸਕੂਲ ਆਉਂਦੀ ਇੱਕ ਵਾਰੀ ਜਦੋਂ ਮੇਰੀ ਸਿਹਤ ਕੁਝ ਢਿੱਲੀ ਪੈ ਗਈ ਮੈਂ ਸਕੂਲ ਤੋਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਆ ਗਈ ਉਸ ਤੋਂ ਅਗਲੇ ਦਿਨ ਵੀ ਮੈਂ ਸਕੂਲ ਨਹੀਂ ਜਾ ਸਕੀ ਸ਼ਾਮ ਨੂੰ ਸਾਢੇ 5 ਵਜੇ ਫੋਨ ਦੀ ਘੰਟੀ ਵੱਜੀ ਜਦੋਂ ਮੈਂ ਫੋਨ ਚੁੱਕਿਆ ਤਾਂ ਬੜੀ ਮਾਸੂਮ ਆਵਾਜ਼ ਹੈਲੋ ਮੈਡਮ ਤੁਹਾਡੀ ਸਿਹਤ ਠੀਕ ਹੈ ਜੀ ਮੈਡਮ ਜੀ ਤੁਸੀਂ ਅੱਜ ਸਕੂਲ ਕਿਉਂ ਨਹੀਂ ਆਏ ਮੈਡਮ ਜੀ ਤੁਹਾਡੇ ਬਿਨਾ ਅੱਜ ਸਕੂਲ ਨੂੰ ਪੂਰਾ ਜੀ ਨਹੀਂ ਲੱਗਿਆ ਸਾਡਾ ਮੈਂ ਅੰਦਰੋਂ ਅੰਦਰ ਬਹੁਤ ਖੁਸ਼ ਹੋਈ ਮੇਰਾ ਮਨ ਜਿਵੇਂ ਝੂਮ ਰਿਹਾ ਸੀ ਆਪਣੇ ਲਈ ਬੱਚੇ ਦਾ ਪਿਆਰ ਵੇਖ ਕੇ ਮੈਂ ਪੁੱਛਿਆ ਬੇਟਾ ਕੌਣ ਬੋਲ ਰਹੀ ਹੋ ਉਧਰੋਂ ਆਵਾਜ਼ ਆਈ ਰਜ਼ੀਆ ਉਸ ਦਿਨ ਤੋਂ ਬਾਅਦ ਤਾਂ ਰਜ਼ੀਆ ਨਾਲ ਮੇਰਾ ਪਿਆਰ ਹੋਰ ਵੀ ਗੂੜਾ ਹੋ ਗਿਆ ਰਜ਼ੀਆ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਪੜਨ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀ। ਇੱਕ ਵਾਰ ਮੈਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ ਬੱਚਿਓ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਸਾਰੇ ਬੱਚੇ ਆਪੋ ਆਪਣੇ ਮਨਾਂ ਦੀਆਂ ਤਿਆਹਾਂ ਖੋਲਣ ਲੱਗੇ। ਕੋਈ ਕਹੇ ਮੈਡਮ ਜੀ ਮੈਂ ਪੁਲਿਸ ਬਣਨਾ ਹੈ, ਕੋਈ ਕਹੇ ਮੈਂ ਫੌਜੀ, ਕੋਈ ਨਰਸ। ਰਜ਼ੀ ਆਖਣ ਲੱਗੇ ਮੈਡਮ ਜੀ ਮੈਂ ਤਾਂ ਤੁਸੀਂ ਬਣਨਾ ਹੈ। ਮੈਂ ਕਿਹਾ ਪੁੱਤ ਇਦਾਂ ਕਹਿ ਕੇ ਕਹੇ ਕਿ ਮੈਂ ਟੀਚਰ ਬਣਨਾ ਹੈ ਕਹਿੰਦੀ ਨਹੀਂ। ਮੈਂ ਤਾਂ ਤੁਹਾਡੇ ਵਰਗੀ ਬਣਨਾ ਹੈ। ਮੈਂ ਹੈਰਾਨ ਰਹਿ ਗਈ। ਜਦੋਂ ਜਮਾਤ 'ਚ ਨਹੀਂ ਹੁੰਦੀ ਤਾਂ ਮੇਰੀਆਂ ਅੱਖਾਂ ਹਮੇਸ਼ਾ ਉਹਨੂੰ ਲੱਭਦੀਆਂ ਰਹਿੰਦੀਆਂ। ਮੇਰੇ ਦਿਲ 'ਚ ਹੌਲ ਜਿਹਾ ਪੈਂਦਾ ਕਿ ਅੱਜ ਰਜ਼ੀਆ ਕਿ ਅੱਜ ਰਜ਼ੀਆ ਕਿੱਥੇ ਐ। ਮੈਨੂੰ ਮੇਰਾ ਕੁਝ ਗਵਾਚਿਆ ਜਿਹਾ ਲੱਗਦਾ ਤੇ ਜਦੋਂ ਰਜ਼ੀਆ ਜਮਾਤ 'ਚ ਬੈਠੀ ਪੜ੍ਹ ਰਹੀ ਹੁੰਦੀ ਤਾਂ ਮੇਰਾ ਮਨ ਉਹਨੂੰ ਕਿਤਾਬ ਨਾਲ ਸਾਂਝ ਪਾਉਂਦਿਆਂ ਵੇਖ ਮੱਲੂ ਮਲੀਚੂ ਮੁਟਦਾ। ਹੁਣ ਭਾਵੇਂ ਰਹੀਮ ਲੰਬੜਾਂ ਦੇ ਖੇਤਾਂ 'ਚ ਕੰਮ ਕਰਨ ਲੱਗਾ। ਸਵੇਰ ਤੋਂ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਨਾ ਦਿਨ ਵੇਖਦਾ ਨਾ ਰਾਤ। ਫਿਰ ਵੀ ਖੁਸ਼ ਸੀ ਕਿ ਚਲੋ ਢਿੱਡ ਭਰ ਕੇ ਦੋ ਵਕਤ ਦੀ ਰੋਟੀ ਤਾਂ ਮਿਲ ਰਹੀ ਸਾਰੇ ਟੱਬਰ ਨੂੰ ਪਰ ਕਹਿੰਦੇ ਨੇ ਮਾੜੇ ਦੀ ਮਾੜੀ ਕਿਸਮਤ ਪਤਾ ਨਹੀਂ ਵੱਡੇ ਲੰਬੜ ਨੇ ਇੱਕ ਦਿਨ ਅਖਬਾਰ 'ਚ ਪ੍ਰਵਾਸੀ ਮਜ਼ਦੂਰਾਂ ਦਾ ਜਿਆ ਕਿਹੜਾ ਮਾੜਾ ਕਾਰਨਾਮਾ ਪੜ ਲਿਆ ਕਿ ਆਥਨ ਵੇਲੇ ਰਹੀਮ ਦਾ ਹਿਸਾਬ ਕਰ ਦਿੱਤਾ ਤੇ ਕਿਹਾ ਕੱਲ ਤੋਂ ਖੇਤਾਂ 'ਚ ਨਾ ਆਈ ਇਹ ਹੁਕਮ ਇਹਨਾਂ ਜਿ ਸੀ ਜਿਵੇਂ ਬਿਨਾਂ ਕਿਸੇ ਕਸੂਰੋਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਹੋਵੇ ਉਹ ਵੀ ਬਿਨਾਂ ਕਿਸੇ ਅਪੀਲ ਤੋਂ ਬਿਨਾਂ ਕਿਸੇ ਦਲੀਲ ਤੋਂ ਮੈਨੂੰ ਰਹੀਮ ਨਾਲ ਹਮਦਰਦੀ ਸੀ ਪਰ ਮੈਂ ਹੈਰਾਨ ਸੀ ਕਿ ਉਹ ਆਪਣੀ ਬੇਵਸੀ ਦਾ ਗੁੱਸਾ ਆਪਣੀ ਧੀ ਤੇ ਕਿਉਂ ਕੱਢ ਰਿਹਾ ਹੈ ਫਿਰ ਮੈਂ ਥੋੜੀ ਜੀ ਹਿੰਮਤ ਕਰਕੇ ਬੋਲੀ ਤੁਹਾਡੀ ਧੀ ਪੜਨ ਚ ਬਹੁਤ ਹੁਸ਼ਿਆਰ ਹੈ ਇਹਦੇ ਸੁਨਹਿਰੀ ਭਵਿੱਖ ਬਾਰੇ ਸੋਚੋ ਇਹਨੂੰ ਸਕੂਲ ਭੇਜੋ ਮੇਰਾ ਇੰਨਾ ਕਹਿਣ ਦੀ ਦੇਰ ਸੀ ਕਿ ਰਹੀਮ ਬੜੀ ਰੋਬ ਨਾਲ ਕੱਚਾ ਚ ਹੱਥ ਦੇ ਕੇ ਵਿਹੜੇ ਚ ਟੱਲਦਾ ਹੋਇਆ ਬੋਲਿਆ ਨਹੀਂ ਜੀ ਮੈਂ ਇੱਕ ਵਾਰੀ ਕਹਿ ਦਿੰਦਾ ਮੈਂ ਨਹੀਂ ਭੇਜਣੀ ਸਕੂਲ ਤੁਸੀਂ ਨਾਮ ਕੱਟ ਦਿਓ ਹੁਣ ਮੈਨੂੰ ਵੀ ਥੋੜਾ ਗੁੱਸਾ ਆ ਗਿਆ ਮੈਂ ਵੀ ਕਿਹਾ ਠੀਕ ਹੈ ਮੈਨੂੰ ਤਾਂ ਚਿੰਤਾ ਸੀ ਇਸ ਬੱਚੀ ਦੀ ਤਾਂ ਹੀ ਮੈਂ ਤੁਹਾਡੇ ਘਰ ਆਈ ਜਦੋਂ ਤੁਹਾਨੂੰ ਕੋਈ ਫਿਕਰ ਨਹੀਂ ਤਾਂ ਅਸੀਂ ਕੀ ਕਰ ਸਕਦੇ ਹਾਂ ਸਾਨੂੰ ਵੀ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ ਮੈਂ ਇੰਨਾ ਕਹਿ ਵਾਪਸ ਸਕੂਲ ਆ ਗਈ ਮੇਰੇ ਦਿਮਾਗ ਤੇ ਰਹੀਮ ਦੀਆਂ ਗੱਲਾਂ ਹੀ ਘੁੰਮ ਰਹੀਆਂ ਸਨ ਮੈਂ ਆਪਣੇ ਆਪ ਨੂੰ ਕੋਸ ਰਹੀ ਸੀ बार-बार ਸੋਚ ਰਹੀ ਸੀ ਕਿ ਲੋੜ ਸੀ ਮੈਨੂੰ ਉਹਦੇ ਘਰ ਜਾਣ ਦੀ ਮੇਰੀ ਕੀ ਇੱਜ਼ਤ ਰਹਿ ਗਈ ਮੈਂ ਬੱਚਿਆਂ ਨੂੰ ਵੀ ਠੀਕ ਠੰਗ ਨਾਲ ਪੜ੍ਹਾ ਨਹੀਂ ਸਿਪਾਰੇ ਜ਼ਿੰਦਗੀ ਚ ਪਹਿਲੀ ਵਾਰ ਮੈਨੂੰ ਇੰਨੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ ਮੈਂ ਆਪਣੇ ਨਾਲ ਦੇ ਅਧਿਆਪਕਾਂ ਨਾਲ ਵੀ ਨਜ਼ਰਾਂ ਨਹੀਂ ਸੀ ਮਿਲਾ ਪਾ ਰਹੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕਹਿ ਰਹੇ ਹੋਣ ਉਤਰ ਗਿਆ ਭੂਤ ਸੁਧਾਰ ਦਾ ਕਦੇ ওভারਟਾਈਮ ਕਦੇ ਕੁਛ ਹੋਰ ਹੋਰ ਜਾਓ ਬੱਚਿਆਂ ਦੇ ਘਰ ਬੱਚਿਆਂ ਨੂੰ ਬੁਲਾਉਣ ਹੁਣ ਟਿੱਕੇ ਬੈਠ ਜਾਓ ਪਤਾ ਨਹੀਂ ਇਹ ਮੇਰੇ ਮਨ ਦਾ ਵਹਿਮ ਸੀ ਜਾਂ ਕੁਝ ਹੋਰ ਮੈਂ ਖੁਦ ਤੋਂ ਹੀ ਨਜ਼ਰਾਂ ਚੁਰਾ ਰਹੀ ਸੀ ਜਾਂ ਆਪਣੇ ਨਾਲ ਦੇ ਅਧਿਆਪਕਾਂ ਸਾਥੀਆਂ ਤੋਂ ਫਿਰ ਮੈਂ ਅਚਾਨਕ ਸੋਚਾਂ ਫਰੋਲਣ ਲੱਗੀ ਰਜ਼ੀਆ ਦੀ ਜਮਾਤ ਵਿੱਚ ਪੜ੍ਹਦੀ ਕੁੜੀ ਜੋ ਮੇਰੇ ਨਾਲ ਉਹਦੇ ਘਰ ਗਈ ਸੀ ਉਹਦੇ ਸਾਹਮਣੇ ਮੇਰੀ ਕੀ ਰਹਿ ਗਈ ਮੇਰੀ ਉਸ ਬੱਚੀ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਵੀ جواب ਦੇ ਗਈ ਮੈਂ ਹੁਣ ਮਨੰਦਰੀ ਫੈਸਲਾ ਕਰ ਲਿਆ ਆਪਣੇ ਆਪ ਨਾਲ ਅੱਜ ਤੋਂ ਬਾਅਦ ਕਿਸੇ ਵੀ ਬੱਚੇ ਦੇ ਘਰ ਕਦੀ ਨਹੀਂ ਜਾਵਾਂਗੀ ਜੇ ਮੈਂ ਅੱਜ ਰਜ਼ੀਆ ਦੇ ਘਰ ਗਈ ਤਾਂ ਹੀ ਮੈਨੂੰ ਉਹਦੇ ਪਿਓ ਤੋਂ ਇੰਨਾ ਕੁਝ ਸੁਣਨਾ ਪਿਆ ਜੇ ਮੈਂ ਉੱਥੇ ਨਾ ਜਾਂਦੀ ਤਾਂ ਕਿਵੇਂ ਉਹ ਮੈਨੂੰ ਕੁਝ ਕਹਿ ਸਕਦਾ ਸੀ ਮੈਂ ਲੰਗੇ ਵਕਤ ਤੇ ਝਾਤ ਮਾਰਨ ਲੱਗੀ ਕਿ ਪਿਛਲੇ 14-15 ਸਾਲਾਂ ਤੋਂ ਇਸ ਸਕੂਲ ਵਿੱਚ ਹੀ ਪੜਾ ਰਹੀ ਹਾਂ ਬਹੁਤ ਸਾਰੇ ਬੱਚੇ ਮੇਰੇ ਕੋਲੋਂ ਪੜ ਕੇ ਗਏ ਉਹ ਬੱਚੇ ਤੇ ਉਹਨਾਂ ਦੇ ਮਾਪੇ ਮੈਨੂੰ ਕਿੰਨਾ ਆਦਰ ਮਾਣ ਦਿੰਦੇ ਮੈਂ ਅੱਜ ਤੱਕ ਹਰ ਕਿਸੇ ਦੀ ਗਮੀ ਤੇ ਖੁਸ਼ੀ 'ਚ ਸ਼ਰੀਕ ਹੋਈ ਰਹੀਮ ਦੇ ਦੋ ਬੱਚੇ ਵੀ ਪਹਿਲਾਂ ਮੇਰੇ ਕੋਲੋਂ ਹੀ 5ਵੀਂ ਪਾਸ ਕਰਕੇ ਗਏ ਉਹਨੇ ਪਹਿਲਾਂ ਤਾਂ ਕਦੇ ਮੈਨੂੰ ਇੰਜ ਅੱਖਾਂ ਨਹੀਂ ਦਿਖਾਈਆਂ ਫੇਰ ਅੱਜ ਕਿਉਂ ਫੇਰ ਮੇਰੀ ਸੋਚਾਂ ਦੀ ਸੂਈ ਮੇਰੇ ਆਪਣੇ ਵੱਲ ਘੁੰਮ ਗਈ ਕਿ ਸ਼ਾਇਦ ਭੁੱਲ ਭੁਲ ਕੇ ਮੈਂ ਥੋਈ ਤਾਂ ਨਹੀਂ ਉਸ ਨਾਲ ਕੋਈ ਵਧੇਗੀ ਹੋਈ ਹੋਵੇ ਤੇ ਜਦ ਮੁਰਮੁਰ ਯਾਦਾਂ ਦੇ ਬੂਹੇ ਖੜਕਾਉਣ ਤੇ ਵੀ ਮੈਨੂੰ ਕੁਝ ਯਾਦ ਨਾ ਆਇਆ ਮੈਂ ਪਰੇਸ਼ਾਨ ਹੋ ਗਈ ਬਾਰ ਬਾਰ ਰਜ਼ੀਆ ਬਾਰੇ ਸੋਚਣ ਲੱਗਦੀ ਬੱਚੀ ਕਿੰਨੀ ਲਾਇਕ ਹੈ ਪੜਨ ਵਿੱਚ ਵੀ ਹੁਸ਼ਿਆਰ ਤੇ ਡਰਾਇੰਗ ਵੀ ਕਿੰਨੀ ਸੋਹਣੀ ਕਰਦੀ ਹੈ ਕੀ ਬਣੂ ਇਸ ਬੱਚੀ ਦਾ ਅੱਧੀ ਛੁੱਟੀ ਹੋਣ ਤੇ ਵੀ ਮੈਂ ਜਮਾਤ 'ਚ ਹੀ ਬੈਠੀ ਰਹੀ ਰੋਟੀ ਦੀ ਵੀ ਭੁੱਖ ਜਿਵੇਂ ਮਰ ਗਈ ਹੋਵੇ ਘਰ ਜਾ ਕੇ ਵੀ ਮੇਰੀਆਂ ਅੱਖਾਂ 'ਗੇ ਰਜ਼ੀਆ ਦਾ ਮਾਸੂਮ ਚਿਹਰਾ ਹੀ ਘੁੰਮਦਾ ਰਿਹਾ ਫਿਰ ਮੈਨੂੰ ਯਾਦ ਆਇਆ ਮੈਂ ਰਹੀਮ ਨੂੰ ਕਿਹਾ ਸੀ ਕਿ ਮੈਨੂੰ ਇੱਕ ਬੱਚੇ ਦਾ ਨਾਂ ਕੱਟਣ ਦੇ ਕੋਈ ਫਰਕ ਨਹੀਂ ਪੈਣ ਲੱਗਿਆ ਫਿਰ ਮੈਂ ਉਦਾਸ ਕਿਉਂ ਕਿਉਂ بار-ਬਾਰ ਰਜ਼ੀਆ ਬਾਰੇ ਸੋਚ ਰਹੀ ਹਾਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਆਪ ਨਾਲ ਹੀ ਝੂਠ ਬੋਲ ਰਹੀ ਹਾਂ ਹਾਂ ਇਹ ਝੂਠੀ ਤਾਂ ਹੈ ਕਿ ਮੈਨੂੰ ਇੱਕ ਬੱਚੇ ਦਾ ਨਾਂ ਕੱਟਣ ਦੇ ਕੋਈ ਫਰਕ ਨਹੀਂ ਪੈਣ ਲੱਗਿਆ ਸੱਚ ਤਾਂ ਇਹ ਹੈ ਕਿ ਮੈਨੂੰ ਫਰਕ ਪੈਂਦਾ ਹੈ ਰਜ਼ੀਆ ਦੇ ਜਮਾਤ ਵਿੱਚ ਹੋਣ ਜਾਂ ਨਾ ਹੋਣ ਦਾ ਜੇ ਮੈਨੂੰ ਫਰਕ ਪੈਂਦਾ ਤਾਂ ਹੀ ਤਾਂ ਮੈਂ بار-बार ਰਜ਼ੀਆ ਬਾਰੇ ਸੋਚ ਰਹੀ ਹਾਂ ਮੇਰੀ ਚੁੱਪੀ ਤੇ ਉਦਾਸੀ ਨੂੰ ਮੇਰੀ 8 ਸਾਲਾਂ ਦੀ ਧੀ ਨੇ ਵੀ ਮੇਰੇ ਚਿਹਰੇ ਤੋਂ ਬਹੁਤ ਆਸਾਨੀ ਨਾਲ ਪੜ ਲਿਆ ਮੈਨੂੰ ਪੁੱਛਦੀ ਮੰਮੀ ਜੀ ਕੀ ਤੁਸੀਂ ਮੈਥੋਂ ਨਾਰਾਜ਼ ਹੋ ਮੈਂ ਹੈਰਾਨ ਹੋ ਗਈ ਆਪਣੀ ਧੀ ਦੀ ਗੱਲ ਸੁਣ ਕੇ ਕਿ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ ਆਪਣੀ ਮਾਂ ਦਾ ਚਿਹਰਾ ਪੜ ਸਕਦੀ ਹੈ ਮੈਂ ਗੱਲ ਟਾਲਣ ਲਈ ਕਿਹਾ ਪੁੱਤ ਮੇਰਾ ਸਿਰ ਦਰਦ ਹੋ ਰਿਹਾ ਹੈ ਮੇਰੀ ਧੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੇਰਾ ਸਿਰ ਦਬਾਉਣ ਲੱਗੀ ਮੇਰੇ ਮਨ ਨੂੰ ਬਹੁਤ ਰਾਹਤ ਮਿਲੀ ਪਰ ਜਦੋਂ ਮੈਂ ਆਪਣੀ ਧੀ ਦੇ ਚਿਹਰੇ ਵੱਲ ਵੇਖਿਆ ਮੈਨੂੰ ਰਜ਼ੀਆ ਦਾ ਚਿਹਰਾ ਕਿਉਂ ਨਜ਼ਰ ਆਇਆ ਮੈਂ ਰਾਤ ਨੂੰ ਵੀ ਚੰਗੇ ਤਰ੍ਹਾਂ ਸੌਂ ਨਾ ਸਕੀ ਰਜ਼ੀਆ ਹੀ ਕਦੀ ਹਸਦੀ ਨਜ਼ਰ ਆਵੇ ਕਦੀ ਰੋਂਦੀ ਇੱਕ ਵਾਰ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਹ ਫੜ ਕੇ ਦਰੇ ਦੂਰ ਲੈ ਕੇ ਜਾ ਰਿਹਾ ਤੇ ਮੇਰੀ ਅੱਖ ਖੁੱਲ ਗਈ ਫਿਰ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਸਵੇਰੇ ਪ੍ਰਾਰਥਨਾ ਤੋਂ ਬਾਅਦ ਜਦੋਂ ਮੈਂ ਆਪਣੀ ਜਮਾਤ ਦੇ ਬੱਚਿਆਂ ਨੂੰ ਪੜ੍ਹਾ ਰਹੀ ਸੀ ਤਾਂ ਰਹੀਮ ਰਜ਼ੀਆ ਦੀ ਬਾਹ ਫੜੀ ਜਮਾਤ 'ਚ ਦਾਖਲ ਹੋਇਆ ਮੇਰੇ ਹੱਥ 'ਚ ਚਾਕ ਸੀ ਤੇ ਮੈਂ ਬਲੈਕ ਬੋਰਡ 'ਤੇ ਕੁਝ ਲਿਖ ਰਹੀ ਸੀ ਰਹੀਮ ਅਚਾਨਕ ਮੇਰੇ ਪੈਰਾਂ ਤੇ ਹੱਥ ਲਾਉਣ ਲੱਗਾ ਮੈਂ ਇੱਕਦਮ ਤਰਭ ਕੇ ਪਿੱਛੇ ਹੋ ਗਈ ਉਹ ਹੱਥ ਜੋੜੀ ਮੇਰੇ ਕੋਲ ਖੜਾ ਆਖਣ ਲੱਗਾ ਮੈਡਮ ਜੀ ਮੈਥੋਂ ਗਲਤੀ ਹੋ ਗਈ ਕੱਲ ਮੈਥੋਂ ਬਹੁਤ ਬੁਰਾ ਭਲਾ ਆਖ ਹੋ ਗਿਆ ਮੈਨੂੰ ਬਹੁਤ ਪਛਤਾਵਾ ਹੈ ਉਹਦੀਆਂ ਅੱਖਾਂ ਚ ਸੱਚਮੁੱਚ ਹੀ ਪਛਤਾਵੇ ਦੇ ਅਥਰੂ ਸਨ ਮੈਂ ਹੈਰਾਨ ਸੀ ਕਿ ਕੱਲ ਵਾਲਾ ਹੀ ਰਹੀਮ ਹੈ ਮੈਂ ਹੁਣ ਵੀ ਚੁੱਪ ਸੀ ਮੈਂ ਕੁਝ ਨਹੀਂ ਸੀ ਬੋਲ 파 ਰਹੀ ਰਹੀਮ ਨੇ ਦੱਸਿਆ ਮੇਰੀ ਪਿਛਲੇ 5-6 ਦਿਨਾਂ ਤੋਂ ਕੋਈ ਦਿਹਾੜੀ ਨਹੀਂ ਲੱਗੀ ਤੁਹਾਨੂੰ ਸਾਡੇ ਘਰ ਦੀ ਹਾਲਤ ਦਾ ਤਾਂ ਪਤਾ ਹੀ ਹੈ ਮੈਨੂੰ ਕਿਸੇ ਨੇ ਕਿਹਾ ਸੀ ਕਿ ਰਜ਼ੀਆ ਨੂੰ ਬੜੀ ਕੋਠੀ ਵਿੱਚ ਬੱਚਾ ਸੰਭਲਣ ਲਈ ਭੇਜਣ ਤੇ 1000 ਰੁਪਏ ਮਹੀਨਾ ਮਿਲਿਆ ਕਰਨਗੇ ਮੈਂ ਮਜਬੂਰ ਸਾਂ ਮੈਡਮ ਜੀ ਢਿੱਡ ਦੀ ਭੁੱਖ ਬੰਦੇ ਦੀ ਰੂਹ ਨੂੰ ਮਾਰ ਦਿੰਦੀ ਹੈ ਕੱਲ ਮੈਂ ਨਹੀਂ ਮੇਰੇ ਵਿੱਚ ਮੇਰੇ ਪਰਿਵਾਰ ਦੀ ਬੇਵੱਸ ਭੁੱਖ ਬੋਲ ਰਹੀ ਸੀ ਮੇਰੇ ਘਰ ਦੇ ਜੀ ਇਸ ਗੱਲ 'ਈ ਸਹਿਮਤ ਨਹੀਂ ਸਨ ਜਿਸ ਕਾਰਨ ਕੱਲ ਜਦੋਂ ਤੁਸੀਂ ਮੇਰੇ ਘਰ ਆਏ ਤਾਂ ਮੈਥੋਂ ਤੁਹਾਨੂੰ ਵੀ ਵੱਧ ਘਟਾਕ ਹੋ ਗਿਆ ਕਿਉਂਕਿ ਮੇਰਾ ਸਾਰਾ ਪਰਿਵਾਰ ਮੈਥੋਂ ਬਾਕੀ ਹੋ ਗਿਆ ਸੀ ਕੋਈ ਨਹੀਂ ਚਾਹੁੰਦਾ ਸੀ ਕਿ ਰਜ਼ੀਆ ਘਰੋਂ ਜਾਵੇ ਕਿਸੇ ਨੇ ਵੀ ਕੱਲ ਦੀ ਰੋਟੀ ਦੀ ਬੁਰਕੀ ਮੂੰਹ ਨੂੰ ਨਹੀਂ ਲਾਈ ਉਹਨੇ ਥੋੜੀ देर ਲਈ ਚੁੱਪੀ ਮੂੰਹ ਤੇ ਧਰ ਲਈ ਤੇ ਫਿਰ ਠੰਡਾ ਹੌਕਾ ਲੈ ਕੇ ਕਹਿਣ ਲੱਗਾ ਜੇ ਭੁੱਖ ਨਾਲ ਮਰ ਗਏ ਤਾਂ ਕੋਈ ਗੱਲ ਨਹੀਂ ਹਾਂ ਪਰ ਇੱਕ ਦੂਜੇ ਤੋਂ ਬਗੈਰ ਨਹੀਂ ਰਜ਼ੀਆ ਮੇਰੇ ਗਲ ਲੱਗ ਬਹੁਤ ਰੋਈ ਤੇ ਆਖਣ ਲੱਗੀ ਅਬੂ ਤੈਨੂੰ ਮੇਰੇ ਤੇ ਗਊ ਚ ਕੋਈ ਫਰਕ ਨਜ਼ਰ ਨਹੀਂ ਆਇਆ ਮੇਰੇ ਭਾਗ ਵੀ ਭੂਰੀ ਵਰ ਗਈ ਨਹੀਂ ਚੰਦਰੀ ਦੇ ਬੋਲਾਂ ਨੇ ਮੈਨੂੰ ਹਲੂਨ ਕੇ ਰੱਖ ਦਿੱਤਾ ਮੇਰੀ ਰੂਹ ਝੰਬੀ ਗਈ ਮੈਡਮ ਜੀ ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੈ ਮੈਨੂੰ ਪਤਾ ਹੈ ਕਿ ਤੁਹਾਨੂੰ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ ਪਰ ਮੇਰੀ ਰਜ਼ੀਆ ਦਾ ਨਾਂ ਨਾ ਕਟਿਓ ਅੱਜ ਮੈਂ ਦਿਹਾੜੀ ਲੱਭਣ ਚੱਲੇ ਆ ਮੇਰੀ ਤੀ ਤੁਹਾਡੇ ਕੋਲ ਹੀ ਪੜੇਗੀ ਰਹੀਮ ਬੋਲ ਰਿਹਾ ਸੀ ਤੇ ਮੇਰੀਆਂ ਅੱਖਾਂ 'ਚੋਂ ਹੰਝੂ ਮੇਰੇ ਕਾਬੂ ਤੋਂ ਬਾਹਰ ਹੁੰਦੇ ਜਾਪ ਰਹੇ ਸਨ ਸਾਰੇ ਬੱਚੇ ਮੇਰੇ ਮੂੰਹ ਵੱਲ ਨੀਝ ਲਾ ਕੇ ਵੇਖ ਰਹੇ ਸਨ ਰਹੀਮ ਆਪਣੇ ਹੱਥ ਜੋੜੀ ਖੜਾ ਸੀ ਤੇ ਉਹਦੀਆਂ ਨਜ਼ਰਾਂ ਮੇਰੇ ਮੂੰਹ ਤੇ ਟਿਕੀਆਂ ਹੋਈਆਂ ਸਨ ਮੈਂ ਮੂੰਹ ਤਾਂ ਕੁਝ ਨਹੀਂ ਆਖ ਸਕੇ ਪਰ ਮੇਰੇ ਤੋਂ ਅੰਦਰੋਂ ਮੈਨੂੰ ਇੱਕ ਆਵਾਜ਼ ਸੁਣਾਈ ਦੇ ਰਹੀ ਸੀ ਕਮਲਿਆ ਮੈਂ ਰਜ਼ੀਆ ਦਾ ਨਾਂ ਨਹੀਂ ਕੱਟ ਸਕਦੀ ਕਿਉਂਕਿ ਮੈਨੂੰ ਇਹਦਾ ਨਾਂ ਕੱਟਣ ਤੇ ਬਹੁਤ ਫਰਕ ਪੈਂਦਾ ਹੈ ਹਾਂ ਫਰਕ ਤਾਂ ਪੈਂਦਾ ਹੈ ਧੰਨ